ਤੁਹਾਡਾ ਸ਼ਾਮ ਤੀਕ ਕਰ ਦੇਣਾ ਜਗ੍ਹਾ ਜੀ ਇੰਨਾ ਚਮਕਾਉਣੀ ਆ। ਹਾਂਜੀ ਅਤੇ ਇੱਕ ਸਾਈਡ ਜੇ ਇਹਨੂੰ ਹੋ ਗਈ ਆ ਮੁਕੰਮਲ, ਔਰ ਹੁਣ ਦੂਸਰੀ ਸਾਈਡ ਜੇ ਇਹਨੂੰ ਬਣਾ ਲਈ, ਉਸ ਤੋਂ ਬਾਅਦ ਜਾਣਾ ਗੇਟ ਨੂੰ ਲਾ ਲਈ ਆ। ਸਾਨੂੰ ਵੀ ਜਿਹੜਾ ਅੱਛੇ ਤਰੀਕੇ ਨਾਲ ਜਿਹੜਾ ਹੋ ਜਾਵੇਗਾ ਮਜ਼ਬੂਤ ਪਰੇਸ਼ਾਨੀ ਨਹੀਂ ਹੋਵੇਗੀ ਕਿਉਂਕਿ ਪੱਕਿਆ ਤਾਂ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸਲਾਮੁ ਅਲੈਕੁਮ, ਦੁਆ ਕਰਨਾ ਮੇਰੇ ਤਮਾਮ ਬੈਣ ਵੀਰਾਂ ਜਿੱਥੇ ਵੀ ਮੈਂ ਖੁਸ਼ ਰਹਿਣ ਬਾਦ ਰਹੇ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ। ਔਰ ਦੋ ਤਲੂਰ ਅਸੀਂ ਅੱਜ ਜਿਹੜੇ ਨਾਲ ਲਿੰਬ ਲੈਣ ਹੋਰ, ਔਰ ਮਿੱਟੀ ਵੀ ਜਿਹੜੀ ਨਾ ਕੁਛ ਮੈਂ ਜਿਹੜੀ ਨਾ ਸਿੱਟ ਲਈ ਆ, ਔਰ ਧੁੱਪ ਜਿਹੜੀ ਨਾ ਕਾਫੀ ਸਾਰੀ ਤੇਜ਼ ਹੋ ਗਈ, ਮੈਂ ਠਹਿਰ ਕੇ ਜਿਹੜੀ ਨਾ ਸਿੱਟ ਲਵਾਂਗੇ। ਫਿਲਹਾਲ ਕੋਈ 10 ਇੱਕ ਬੱਠਲ ਜਿਹੜੇ ਨਾ ਹੋਰ ਸਿੱਟ ਲੈਂਦੇ ਹਾਂ ਨਾ, ਅਤੇ ਸ਼ਾਮ ਨੂੰ ਬਾਕੀ ਜਿਹੜੀ ਨਾ ਸਾਰੀ ਸਾਫ਼ ਸਫਾਈ ਜਿਹੜੀ ਨਾ ਕਰ ਲਵਾਂਗੇ। ਔਰ ਗਾਰਡਨ ਨੂੰ ਜਿਵੇਂ ਪਾਣੀ ਲਾਉਣਾ ਸੀ, ਲੇਕਿਨ ਜਿਹੜੀ ਨਾ ਧੁੱਪ ਹੁਣ ਕਾਫੀ ਸਾਰੀ ਆ ਗਈ, ਮੈਂ ਆਖਿਆ ਠੰਡੇ ਟਾਈਮ ਜਿਹੜੇ ਨਾ ਗਾਰਡਨ ਨੂੰ ਪਾਣੀ ਲਾਵਾਂਗੇ। ਹਾਂਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। ਤੇ ਮੈਂ ਵੀ ਕੱਪੜੇ ਵਗੈਰਾ ਧੋ ਲਏ, ਤੰਦੂਰ ਲੈ ਮਿਲੇ, ਤੇ ਕੰਮ ਹੋ ਗਿਆ ਸਾਰਾ ਮੈਂ ਕਰ ਲਿਆ। ਤੇ ਹੁਣ ਦੁੱਧ ਜਿਹੜਾ ਨੂੰ ਬੁੱਲੇ ਰੱਖ ਦਿੱਤਾ, ਤੇ ਜਾਸ ਮਿੱਠੀ ਚਾਹ ਸਾੜ ਲੈਂਦਾ, ਬਾਕੀ ਫਰਜ ਵਗੈਰਾ। ਓਏ ਮੈਂ ਮੁੰਗਰ ਮਾਰ ਲਵਾਂ ਇਹਨਾਂ ਨੂੰ। ਠੀਕ ਆ ਮੁੰਗਰ ਕੋਲੇ ਪਿਆ, ਤੁਸੀਂ ਮੁੰਗਰ ਮਾਰ। ਮੋਹਨ ਸਾਡੀ ਖਤਮ ਹੋ ਗਈ, ਤੁਸੀਂ ਕਿਉਂ ਨੁਕਸਾਨ ਕਰ ਰਹੀਆਂ ਇਹਨੇ? ਇੱਥੇ ਆਂ ਜਾ ਫਾਤਮਾ, ਆ ਸਾਧੀਆਂ ਨੇ ਫੁੱਲ ਤੋੜ ਰਹੀ ਆ, ਉਹ ਨਿੰਬੂ ਤੋੜ ਰਹੀ ਆ। ਚੱਲ ਐ ਸਾਧੀਆਂ ਤੇ ਚੱਲ ਗਾਰਡਨ ਵਿੱਚ ਨਾ ਹੀ ਕਰ। ਚਲ ਖੇਲਣ ਦੇ ਨੇ ਬੱਚੇ ਨੇ। ਚੱਲ ਅੱਗੇ ਬਹਿਣ ਕੋ। ਹਾਂ ਕੀ ਚੀਜ਼ ਕੀ ਚੀਜ਼ ਕਹਿ ਨਿੱਬੂ ਕਹਿ ਨਿੱਬੂ ਚੱਲ ਤੋੜ ਦੇਣਾ, ਕਹਿ ਨਿੱਬੂ ਨਿੱਬੂ ਬਿੱਦੂ ਕਹਿ ਨਿੱਬੂ ਚੱਲ ਕਹਿ ਲੈਮਨ ਆਖ ਲੈਮਨ ਨਹੀਂ ਨਹੀਂ ਆਖ ਲੈਮਨ ਉਹ ਤੋੜ ਦੇਣਾ ਕਹਿ ਲੈਮਨ ਨਹੀਂ ਇੱਕ ਮਿੰਟ ਇੱਥੋਂ ਜਿਹੜਾ ਪੱਕਾ ਜਿਹੜਾ ਨਿੰਬੂ ਤੈਨੂੰ ਤੋੜ ਕੇ ਦੇ ਦੇਣਾ। ਐਲਾ ਸ਼ਿਕਵੰਜੀ ਬਣਾ ਚੱਲ ਕੇ ਪਾਣੀ ਖਾਲਾ ਆਦਿ ਨੂੰ ਕਹਿ ਸ਼ਿਕਵੰਜੀ ਬਣਾ ਕੇ ਦੇਸੀ। ਹਾਂ ਸ਼ਿਕਵੰਜੀ ਹਲੀਮਾ ਸਾਹਿਬ ਤੂੰ ਵੀ ਸ਼ਿਕਵੰਜੀ ਪੀਣੀ ਇਹ ਫੁੱਲੂ ਚਲੋ ਫੁੱਲੂ ਲੈ ਜਾ ਤੂੰ ਬਸ ਰੱਖਤਾ ਹੁਣ ਨਿੰਬੂ ਦੇਵਾਂ ਤੈਨੂੰ ਉਹ ਨਿੰਬੂ ਲਾ ਦੇਵਾਂ ਖਾਣਾ ਨਹੀਂ ਹੈ ਸ਼ਿਕਵੰਜੀ ਬਣਵਾਓ ਮੈਂ ਹੀ ਪੀ ਲਵਾਂਗਾ। ਲੈ ਇੱਕ ਹੋਰ ਨਿੰਬੂ ਦੋ ਨਿੰਬੂ ਹੋ ਗਏ ਖਾਲਾ ਦਿਨ ਕਰ ਸ਼ਿਕਵੰਜੀ ਜਿਹੀ ਨੂੰ ਬਣਾ ਲੈਂਦੇ ਸਾਰੇ ਰਲ ਖਾ ਲੈਂਦੇ। ਹਾਂ ਫਲੂਟਰਾਂ ਵਾਲੀ ਖੁਸ਼ਬੂ ਵਾਲਾ ਹੈਗਾ ਹਾਂ ਇਹ ਪਿਉਂਦ ਹੋਇਆ ਤੇ ਜਿਹੜੇ ਨਾ ਮਤਲਬ ਕਿ ਨਾ ਜਿਹੜੇ ਨਾ ਬਿਲਕੁਲ ਜੂਸ ਵਾਲੀ ਜਿਹੜੇ ਨਾ ਖੁਸ਼ਬੂ ਔਰ ਲਜ਼ਤ ਵੀ ਜਿਹੜੇ ਨਾ ਫਲੂਟਰਾਂ ਦਾ ਜਿਵੇਂ ਕਿ ਜੂਸ ਪੀ ਰਹੇ ਨੇ ਇਸ ਤਰ੍ਹਾਂ ਸ਼ਿਕਵੰਜੀ ਜਿਹੜੀ ਬਣਦੀ ਮਾਸ਼ਾਅੱਲਾ ਬਹੁਤ ਹੀ ਜ਼ਾਇਕੇ ਵਾਲੀ ਜਿਹੜੀ ਨਾ ਸ਼ਿਕਵੰਜੀ ਬਣ ਜਾਂਦੀ ਹੈ ਆਂਦੀ। ਅਮਰੂਦ ਵੀ ਲੱਗ ਰਹੇ ਨੇ ਹੁਣ ਤੇ ਮੌਸਮੀ ਵੀ ਲੱਗੇ ਹੋਏ ਨੇ ਅਨਾਰ ਵੀ ਸਾਰੇ ਜਿਹੜਾ ਔਰ ਅਨਾਰ ਆ ਇੱਕ ਹੀ ਜਿਹੜਾ ਕਾਮਯਾਬ। ਹਾਂ ਹਾਂ ਮੈਂ ਦੇਖਿਆ ਸੀ ਮੋਤੀ ਦਾ ਬੂਟਾ ਜਿਹੜਾ ਨਾ ਚਮੇਲੀ ਬਹੁਤ ਹੀ ਪਿਆਰੀ ਜਿਹੀ ਨੋਈ ਖੜੀ ਆ ਤੰਦੂਰਾਂ ਬਾਈ ਕੇ ਅਸੀਂ ਅੱਜ ਜਿਹੜਾ ਮੈਂ ਨਾ ਵੇਖੋ ਤਿਲ ਲੈ ਜਾਂਦਾ ਚਾਰ ਲੈ ਜਾਂਦੇ ਜਿੰਨੇ ਵੀ ਲੈ ਗਿਆ ਔਰ ਮਿੱਟੀ ਵੀ ਜਿਹੜੀ ਨਾ ਸੱਟ ਲਵਾਂ ਘਾਲਣਾ ਕਿਉਂਕਿ ਫਿਰ ਅਲੀ ਬਾਈ ਵੀ ਜਿਹੜਾ ਘਰੇ ਚੱਲਿਆ ਜਾਣਾ
ਮੈਂ ਚਲੋ ਦੁਕਾਨ ਤੇ ਬੈਠਾ ਨਾ ਜਦੋਂ ਮੈਂ ਸਿੱਟਣੀ ਮਿੱਟੀ ਸੈਕਿੰਡ ਟਾਈਮ ਸੀ ਜਿਸ ਟਾਈਮ ਨੁਮਾਨ ਆਉਣਾ ਸੀ ਨੁਮਾਨ ਨੂੰ ਬਿਠਾ ਕੇ ਔਰ ਮੂੰਗਰ ਵੀ ਜਿਹੜਾ ਗਰਮ ਹੋਇਆ ਪਿਆ ਉਹ ਛੋਟੀ ਤੰਦੂਰ ਨੂੰ ਮੂੰਗਾ ਮਾਰ ਕੇ ਫਿਰ ਜਾਣਾ ਜਾਂਦਾ ਉਹ ਦਿਲ ਕੋਈ ਨਹੀਂ ਕਰ ਰਿਹਾ ਕਿਉਂਕਿ ਧੁੱਪ ਕਾਫੀ ਸਾਰੀ ਲੇਕਿਨ ਜਿਹੜਾ ਮੈਂ ਆਖਿਆ ਅੱਜ ਕਚਰਾ ਲਾਜ਼ਮੀ ਖਤਮ ਕਰਨਾ ਪੂਰਾ ਸ਼ਾਮ ਤੀਕਰ ਜਾਣਾ ਜਗ੍ਹਾ ਜਿਹੜੀ ਚਮਕਾਉਣੀ ਆ ਸਾਰਾ ਕੰਮ ਜਿਵੇਂ ਕਿ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਹੈ ਮੇਰੇ ਕਮਰੇ ਜਿਹੜੇ ਬਣ ਗਏ ਆਸਤਾ ਆਸਤਾ ਇਨਸ਼ਾਅੱਲਾ ਜਿਹੜੇ ਸਾਰੇ ਨਿਜ਼ਾਮ ਜਿਹੜੇ ਸਿੱਧੇ ਹੋ ਜਾਵਣਗੇ ਇਧਰੋਂ ਦੀਵਾਰ ਵੀ ਬਣ ਜਾਵੇਗੀ ਅੱਗੇ ਬਰਾਂਡਾ ਵੀ ਬਣ ਜਾਵੇਗਾ ਗੇਟ ਵਿੱਚੋਂ ਹੋ ਜਾਵੇਗਾ ਔਰ ਵਾਸ਼ਰੂਮ ਵੀ ਉੱਚਾ ਹੋ ਜਾਵੇਗਾ ਇਹ ਵੀ ਮਤਲਬ ਕਿ ਕਚਰਾ ਵਗੈਰਾ ਇਹ ਸਾਫ਼ ਸਫਾਈ ਜਿਹੜੀ ਨਾ ਹੋ ਜਾਸੀ ਅਨ ਕਰੀਬ ਕਿਉਂਕਿ ਜਿਹੜਾ ਦੀਵਾਰ ਵੀ ਉੱਚੀ ਕਰਨੀ ਹੈ ਔਰ ਵਾਸ਼ਰੂਮ ਜਿਹੜਾ ਇਸ ਨੁੱਕਰ 'ਤੇ ਲੈ ਕੇ ਆਵਾਂਗੇ ਜਾਂ ਉਸ ਨੁੱਕਰ 'ਤੇ ਦੋਵਾਂ 'ਚੋਂ ਇੱਕ ਨੁੱਕਰ 'ਤੇ ਜਿਹੜਾ ਵਾਸ਼ਰੂਮ ਜਿਹੜਾ ਨਵਾਂ ਬਣਾਵਾਂ ਲੇਕਿਨ ਇਹ ਵਾਸ਼ਰੂਮ 'ਤੇ ਜਿਹੜਾ ਵੱਡਾ ਬਣਾਇਆ ਸੀ ਨਾ ਇਸ ਨੂੰ ਥੋੜ੍ਹਾ ਜਿਹਾ ਛੋਟੇ ਸਾਈਜ਼ ਦਾ ਜਿਹੜਾ ਵਾਸ਼ਰੂਮ ਬਣਵਾਵਾਂਗੇ ਲੇਕਿਨ ਫਿਲਹਾਲ ਜਿਹੜਾ ਤਵੱਜੋ ਦੇ ਰਹੇ ਹਾਂ ਦੁਕਾਨ 'ਤੇ ਵੀ ਕੁਛ ਸਾਰੀਆਂ ਚੀਜ਼ਾਂ ਹੁਣ ਅੱਲਾ ਦਾ ਸ਼ੁਕਰ ਪੂਰੀਆਂ ਹੋ ਗਈਆਂ ਦੁਕਾਨ 'ਚ ਅਤੇ ਨਾਲ ਜਿਹੜਾ ਨਾ ਕੋਈ ਪੈਸੇ ਜਿਹੜੇ ਜੁੜੇ ਨਾ ਅਗਰ ਦੁਕਾਨ 'ਚ ਮੈਂ ਕੋਈ ਖਰਚਾ ਵਿੱਚੋਂ ਕਰ ਦਿੰਦਾ ਅਤੇ ਦੁਕਾਨ ਦਾ ਸਮਾਨ ਜਿਹੜਾ ਖਤਮ ਹੋ ਜਾਵੇ ਫਿਰ ਕਸਟਮਰ ਜਿਹੜੇ ਨਾ ਖਰਾਬ ਹੋਣਗੇ ਕਿਉਂਕਿ ਹੁਣ 13,000 ਦੀ 1,000 ਰੇਟ ਆਵਣੀ ਹੈ ਨਾ ਸੀਮੈਂਟ ਮਿਸਤਰੀ ਮਜ਼ਦੂਰ ਦੀ ਦਿਹਾੜੀਆਂ ਅਤੇ ਇੱਥੇ ਜਿਹੜੇ ਨਾ ਦੀਵਾਰਾਂ ਸਮੈਂ ਕਮਾਂ ਭੇਜਿਆ 3,000-4,000 ਰੇਟ ਲੱਗ ਸੀ ਕਿਉਂਕਿ 3,000 ਰੇਟ ਤੱਕ ਲਈ ਉਦੋਂ ਹੋਰ ਵੀ ਲੱਗਣੀ ਹੈ ਜੀ ਬਾਈ ਨਿਵਾਸ ਦੇ ਜਿਹੜੇ ਨਾ ਦੀਵਾਰ ਦੇ ਨਾਲੋਂ ਜਿਹੜੀ ਨਾ ਦੀਵਾਰ ਉਸਾਰਨੀ ਕਿਉਂਕਿ ਜਦੋਂ ਬਾਹਰ ਛਾਂਦੀ ਕਾਫੀ ਪਰੇਸ਼ਾਨੀ ਬਣਦੀ ਆ 3,000 ਰੇਟ ਉਧਰੋਂ ਲੱਗਣੀ ਆ ਅਤੇ ਵਾਸ਼ਰੂਮ ਅਤੇ ਦੀਵਾਰ ਉੱਚੀ ਕਰਾਂ ਤਾਂ ਤਕਰੀਬਨ 2,000-2,500 ਰੇਟ ਇੱਥੇ ਲੱਗ ਜਾਣੀ ਇਕੱਲੀ ਇੱਟ ਜਿਹੜੀ ਨਾ 60-70,000 ਰੁਪਏ ਦੀ ਆ ਜਾਣੀ ਫਿਰ ਅੱਗੇ ਸੀਮੈਂਟ ਦੇ ਖਰਚੇ ਹੋਰ ਆਪਾਂ ਕਾਫੀ ਸਾਰਾ ਜਿਹੜਾ ਨਾ ਨਵੀਂ ਹਰ ਚੀਜ਼ ਜਿਹੜੀ ਨਾ ਬਣਾਉਣੀ ਕਰਨੀ ਕਾਫੀ ਖਰਚਾ ਇਸ ਵਜ੍ਹਾ ਤੋਂ ਜਿਹੜਾ ਨਾ ਖੁਸ਼ਹਾਲ ਹੈ ਕਿਵੇਂ ਜਿਹੜਾ ਨਿਜ਼ਾਮ ਚਲਾਉਂਦੇ ਹਾਂ ਉਸ ਤੋਂ ਬਾਅਦ ਜਿਹੜਾ ਨਾ ਕੁਛ ਕਰਾਂਗੇ ਅੱਧਾ ਕਚਰਾ ਜਿਹੜਾ ਨਾ ਇਧਰਲੀ ਸਾਈਡ 'ਤੇ ਜਿਹੜਾ ਨਾ ਆ ਗਿਆ ਬਾਕੀ ਜਿਹੜਾ ਆਫ ਰਹਿ ਗਿਆ ਲੇਕਿਨ ਠੰਡੇ ਟਾਈਮ ਜਿਹੜਾ ਨਾ ਤਕਰੀਬਨ 4-5 ਵਜੇ ਜਿਹੜਾ ਨਾ ਇਧਰਲੀ ਸਾਈਡ 'ਤੇ ਜਿਹੜਾ ਨਾ ਸੱਟ ਲਵਾਂਗੇ ਔਰ ਮੈਂ ਵੀ ਮੂੰਹ ਹੱਥ ਧੋ ਲਿਆ ਚੱਲੇ ਹਾਂ ਜਿਹੜਾ ਦੁਕਾਨ 'ਤੇ ਹੋ ਰਿਹਾ ਦੀਵਾਰ ਜਿਹੜੀ ਨਾ ਫਿਲਹਾਲ ਜਿਹੜਾ ਨਾ ਇਸੇ ਮਹੀਨੇ ਦੇ ਵਿੱਚ ਇਨਸ਼ਾਅੱਲਾ ਕੋਸ਼ਿਸ਼ ਕਰਨੀ ਆ 10-15 ਦਿਨਾਂ ਤੀਕਰ ਜਿਹੜਾ ਨਾ ਗੇਟ ਮੈਂ ਬਣਵਾ ਲਵਾਂ ਗੇਟ ਬਣਵਾ ਕੇ ਉਸ ਤੋਂ ਬਾਅਦ ਜਿਹੜਾ ਨਾ ਇਹ ਦੀਵਾਰ ਜਿਹੜੀ ਨਾ ਇਹ ਬਣਾਉਣੀ ਆ ਬਾਈ ਵਾਲੀ ਸਾਈਡ ਲਓ ਉਸ ਤੋਂ ਬਾਅਦ ਜਿਹੜਾ ਨਾ ਵਾਸ਼ਰੂਮ ਦਾ ਕੰਮ ਜਿਹੜਾ ਨਾ ਇਹ ਸ਼ੁਰੂ ਕਰਨਾ ਕਿਉਂਕਿ ਇੱਧਰ ਜਿਹੜਾ ਨਾ ਕਾਫੀ ਸਾਰਾ ਸਮੇਂ ਲੋਕ ਜਾਣ ਦਾ ਖਤਰਾ ਹੋ ਸਕਦਾ ਕਿਉਂਕਿ ਬਾਰਿਸ਼ ਜਿਸ ਟਾਈਮ ਜ਼ਿਆਦਾ ਆ ਜਾਂਦੀ ਨਾ ਤਾਂ ਪਾਣੀ ਡਾਇਰੈਕਟ ਜਿਹੜਾ ਦੀਵਾਰ ਦੀ ਥੱਲੋਂ ਜਿਹੜਾ ਇੱਥੋਂ ਲੈ ਜਾਂਦਾ ਦੀਵਾਰ ਦੀ ਪਰਲੀ ਸਾਈਡ ਵੱਲ ਜਿਹੜਾ ਨਿਕਲ ਜਾਂਦਾ ਅਤੇ ਇਸ ਕਰਕੇ ਕਾਫੀ ਸਾਰਾ ਜਿਹੜਾ ਪਰੇਸ਼ਾਨ ਰਹਿੰਦਾ ਵੀ ਦੀਵਾਰ ਨਾ ਕੋਈ ਵਾਧਾ ਘੱਟ ਹੋ ਜਾਵੇ ਪਰ ਮਾਲ ਡੰਗਰ ਜਿਹੜਾ ਨਾ ਹੋਵੇ ਬੱਚੇ ਹੋਰ ਸੌ ਹੋਣ ਦੀ ਗੱਲਬਾਤ
ਇਸ ਕਰਕੇ ਪਹਿਲੇ ਜਿਹੜਾ ਮੈਂ ਇਹ ਇਨਸ਼ਾਲਾ ਕੰਮ ਕਰਾਇਆ, ਇਨਸ਼ਾਲਾ ਹੈ ਤਾਂ ਮਜ਼ਬੂਤ ਜਾਵੇਗੀ ਨਹੀਂ, ਲੇਕਿਨ ਜਿਹੜਾ ਅਤਿਆਤ ਮੈਂ ਆਪਣੇ ਤੌਰ ਜਦੋਂ ਬਾਰਾ ਛਾਂਦੀ ਨਾ ਮੈਂ ਇੱਥੇ ਜਿਹੜਾ ਖਲੋਨਾ ਤਾਂ ਕਿ ਜਿਹੜਾ ਕੋਈ ਮਤਲਬ ਕਿ ਪਾਣੀ ਵਗੈਰਾ ਜਿਹੜਾ ਥੱਲੇ ਪਰਾਂ ਨਾ ਲਾਇਆ ਜਾਵੇ। ਇਨਸ਼ਾਲਾ ਅੱਲਾਂ ਤਿਆਰ ਦੇ ਵੀ ਕੰਮ ਜਿਹੜਾ ਹੋ ਜਾਣਗੇ ਸਾਰੇ, ਲੇਕਿਨ ਪਹਿਲੇ ਜਿਹੜਾ ਗੇਟ ਤਾਂ ਕਰਵਾ ਲਵਾਂਗੇ, ਬਾਅਦ ਜਿਹੜਾ ਬਾਹਰ ਬਾਥਰੂਮ ਅਤੇ ਨਾਲ ਜਿਹੜਾ ਮਤਲਬ ਅਸੀਂ ਨਲਕੇ ਦੇ ਵੀ ਜਿਹੜਾ ਖਾਡਾ ਜਿਹੜਾ ਪੱਕਾ ਪਹਿਲੇ ਵਾਲਾ ਅਤੇ ਜਿਹੜਾ ਆਰਜ਼ੀ ਤੌਰ ਜਿਹੜਾ ਬਣਾਇਆ ਹੋਇਆ ਨਾ ਖੱਡਾ ਖਾਡਾ ਅਤੇ ਹੁਣ ਜਿਹੜਾ ਬਣਵਾ ਲਵਾਂਗੇ ਪੱਕਾ ਪੱਕਾ ਜੀ। ਤੰਦੂਰਾਂ ਨੂੰ ਮੂੰਹਰ ਫਿਰ ਮਾਰੀ ਰੱਖੀਆਂ ਔਰ ਚਾਹੇ ਜਿਹੜਾ ਮਹਿਮਾਨ ਵੀ ਸਾਡੇ ਜਿਹੜਾ ਜਾਣ ਦੀ ਤਿਆਰੀ ਕਰ ਰਹੇ, ਮਤਲਬ ਕੱਲੀ ਭਾਈ ਕੱਲੇ ਨੇ ਜਿਹੜਾ ਜਾਣਾ ਨਾ ਕੰਮ ਅਤੇ ਸ਼ਹਿਰ ਅਤੇ ਸ਼ਾਮ ਜਿਹੜਾ ਵਾਪਸ ਆ ਜਾਵੇਗਾ, ਔਰ ਚਾਹੇ ਜਿਹੜਾ ਬਣਾਈ ਉਹਨਾਂ ਵਾਸਤੇ ਮੇਰੇ ਵਾਸਤੇ ਜਿਹੜਾ ਕੱਪ ਜਿਹੜਾ ਚਾਹੇ ਦਾ ਬਣ ਗਿਆ ਆਪਣੇ ਵਾਸਤੇ ਬਣਾਇਆ ਨੇ ਨਾ। ਹਾਂ ਚਲੋ ਠੀਕ ਹੋ ਗਿਆ, ਔਰ ਮੈਂ ਵੀ ਜਿਹੜਾ ਚੱਲਾਂ ਦੁਕਾਨ 'ਤੇ ਉੱਥੇ ਚੱਲ ਕੇ ਜਿਹੜਾ ਚਾਹ ਪੀਣਾ ਨੇ ਜਾ ਫਾਤਮਾ ਆ ਜਾ। ਔਰ ਥੱਕ ਕਾਫੀ ਸਾਰ ਗਿਆ, ਤਕਰੀਬਨ ਜਿਹੜਾ 16-17 ਬੱਠਲ ਜਿਹੜਾ ਸਿੱਟੇ ਨੇ ਅਤੇ ਕਾਫੀ ਸਾਰਾ ਜੇ ਥਕਾ ਲੈਂਦਾ ਕਚਰਾ ਮਿੱਟੀ ਧੋਵੇ ਤਾਂ ਫਿਰ ਤਾਂ ਜਿਹੜਾ ਪਰੇਸ਼ਾਨੀ ਕੋਈ ਨਹੀਂ ਹੁੰਦੀ, ਸਾਰਾ ਜਿਹੜਾ ਕਚਰਾ। ਦੁਪਹਿਰ ਜਿਹੜਾ ਦੁਕਾਨ ਤੇ ਆ ਗਿਆ, ਸਭ ਤੋਂ ਪਹਿਲੇ ਜਿਹੜਾ ਹੁਣ ਇਹ ਵਾਲੇ ਜਿਹੜਾ ਸੁਰਾਖ ਇਹ ਜਿਹੜਾ ਬਾਹਰਲੇ ਵੀ ਪਹਿਲੇ ਏਟ ਨੂੰ ਅੱਛੀ ਤਰੀਕੇ ਜਿਹੜਾ ਪਾਣੀ ਲਾ ਲੈਂਦੇ ਹਾਂ, ਪਾਣੀ ਜਦੋਂ ਏਟ ਜਜ਼ਬ ਹੋ ਜਾਵੇਗਾ ਨਾ ਫਿਰ ਇਹਨੂੰ ਜਿਹੜਾ ਸੀਮੈਂਟ ਜਿਹੜਾ ਲੈ ਕੇ ਆ ਗਿਆ, ਸੀਮੈਂਟ ਜਿਹੜਾ ਜਿੰਨਾ ਕਿ ਹਾਲੇ ਮੈਂ ਸੁੱਕਾ ਹੀ ਲੈ ਦੇਣਾ ਇੱਕ ਸਾਈਡ ਤੋਂ ਬਣਾ ਲੈਂਦਾ ਥੋੜ੍ਹਾ ਬਹੁਤ, ਕੰਢੀ ਹੈ ਕੋਈ ਹੱਥ ਨਾਲ ਜਿਹੜਾ ਬਣਾਉਣਾ ਪੈਣਾ ਅਤੇ ਇਹ ਜਿਹੜਾ ਹੋਲ ਬਾਹਰਲੇ ਵੀ ਔਰ ਜਿਹੜਾ ਗੇਟ ਨੂੰ ਜਿਹੜਾ ਸੀਮੈਂਟ ਥੋੜ੍ਹਾ ਬਹੁਤ ਲਾ ਲਈ, ਕਿਉਂਕਿ ਹੁਣ ਇੰਝ ਹੇਠਲਾ ਬਹਿਰਾ ਜਿਹਾ ਉਹਦਾ ਬਿਲਕੁਲ ਫੁਲਕਣਾ ਹੋ ਗਿਆ ਵੀ ਡਿੱਗ ਨਾ ਜਾਵੇ, ਜਿੰਨੀ ਦੇਰ ਤੱਕ ਫਿਰ ਜਿਹੜਾ ਨਵਾਂ ਨਹੀਂ ਨਾ ਬਣਦਾ ਉਨੀ ਦੇਰ ਤੱਕ ਜਿਹੜਾ ਐਂ ਸਪੋਰਟ ਦਿੰਦੇ ਹਾਂ ਤਾਂ ਕਿ ਜਿਹੜਾ ਬੱਚੇ ਵੀ ਜਿਹੜਾ ਕਿਸੇ ਟਾਈਮ ਪੱਲਾ ਹੋਣਾ ਇੱਕ ਸਾਈਡ ਆ ਥੱਲੇ ਨਾ ਡਿੱਗੇ, ਇਸ ਵਜ੍ਹਾ ਜਿਹੜਾ ਉਹਨੂੰ ਵੀ ਮਜ਼ਬੂਤ ਕਰ ਲੈਂਦੇ ਹਾਂ, ਇਹਨਾਂ ਨੂੰ ਜਿਹੜਾ ਮਜ਼ਬੂਤ ਕਰ ਲੈਂਦੇ ਹਾਂ। ਔਰ ਪਾਣੀ ਜਿਹੜਾ ਸਾਰੇ ਪਹਿਲੇ ਜਿਹੜਾ ਲਾ ਰਹੇ ਸ਼ਾਮ ਟਾਈਮ ਮੈਨੂੰ ਫਿਰ ਪਾਣੀ ਲਾ ਲਵਾਂਗੇ। ਔਰ ਵਿੱਚੋਂ ਜਿਹੜਾ ਇੱਕ ਜੁਗਨੂੰ ਜਿਹੜਾ ਨਿਕਲਿਆ, ਜੇ ਰਾਤ ਨੂੰ ਜਿਹੜਾ ਬਲਦਾ ਨਹੀਂ ਆ ਰੋਸ਼ਨੀ ਜਿਹੜੀ ਨਾ ਬਲਦੀ ਆ ਉਹ ਵਾਲਾ ਜੁਗਨੂ ਜਿਹੜਾ ਨਾ ਨਿਕਲਿਆ, ਰਾਤ ਨੂੰ ਜਿਹੜਾ ਚਮਕਦੇ ਨੇ ਬਲਬ ਬਲਦਾ, ਬਹੁਤ ਹੀ ਪਿਆਰੀ ਜਿਹੜੀ ਨਾ ਇਹ ਚੀਜ਼ ਆ। ਔਰ ਇਹ ਜਾਨਵਰ ਬੜਾ ਹੀ ਪਿਆਰਾ ਔਰ ਖੂਬਸੂਰਤ ਔਰ ਨੁਕਸਾਨ ਬਿਲਕੁਲ ਜਿਹੜਾ ਕੋਈ ਨਹੀਂ ਦਿੰਦਾ, ਉਹ ਵੇਚ ਕੇ ਬੈਠਾ ਸੀ ਮੈਂ ਇਹਨੂੰ ਜਿਹੜਾ ਫੜ ਲਿਆ ਮੈਂ ਆਖਿਰ ਉੱਥੇ ਜਿਹੜਾ ਇੱਥੇ ਸਾਈਡ 'ਤੇ ਰੱਖ ਲਵਾਂਗੇ, ਇੱਥੇ ਨੂੰ ਬਿਠਾ ਦਿੱਤਾ ਮੈਂ ਪਲਸਤਰ ਜੇ ਮੈਂ ਕਰ ਲਵਾਂ ਫਿਰ ਇਹਨੂੰ ਕਿਧਰੇ ਇੱਥੇ ਸਾਈਡ 'ਤੇ ਬਸ ਬਿਠਾ ਦੇਵਾਂਗੇ। ਮਸਾਲਾ ਜਿਹੜਾ ਨਾ ਬਣ ਗਿਆ ਹੁਣ ਅੱਛੀ ਤਰੀਕੇ ਨਾਲ ਜਿਹੜਾ ਲੱਗ ਗਿਆ। ਔਰ ਅੰਦਰ ਤੱਕ ਜਿਹੜਾ ਜਜ਼ਬ ਕਰਨੇ ਆ ਤਾਂ ਕਿ ਪਰੇਸ਼ਾਨੀ ਵਗੈਰਾ ਜਿਹੜਾ ਨਾ ਬਣੇ।
ਔਰ ਸੁਰਾਖ ਨੂੰ ਜਿਹੜਾ ਸਾਫ ਕੀਤਾ ਗਿਆ ਹੈ, ਜਦੋਂ ਚਲੇਗੀ ਨਾ 6 ਮਿੰਟ ਤੇ ਲਾਗ ਹੀ ਨਹੀਂ ਲੱਗਣਾ। ਸੀਮੈਂਟ ਹੱਥਾਂ ਨੂੰ ਨੁਕਸਾਨ ਦੇਵੇਗਾ ਸਹੀ, ਲੇਕਿਨ ਕੋਈ ਨਹੀਂ ਜੇ ਡੰਗੀ ਕੋਈ ਹੋ ਗਈ ਆ ਮੁਕੰਮਲ। ਔਰ ਹੁਣ ਦੂਸਰੀ ਸਾਈਡ ਜੇ ਇਹਨੂੰ ਬਣਾ ਲਈ, ਉਸ ਤੋਂ ਬਾਅਦ ਜੇ ਨਾ ਗੇਟ ਨੂੰ ਲਾ ਲਈ ਆ। ਕਿਉਂਕਿ ਸ਼ਟਰ ਥੋੜਾ ਜਿਹਾ ਗਿਰ ਗਿਆ, ਮੈਂ ਖੇਡ ਖਤਮ ਕਰ ਲਈ। ਔਰ ਇਹ ਵਾਲਾ ਚੀਜ਼ ਜਿਹੜਾ ਨਾ ਬੜੀ ਮੁਸ਼ਕਿਲ ਨਾਲ ਜਿਹੜਾ ਬਣ ਰਿਹਾ। ਬਰੀਕ ਜਿਹਾ ਗੈਪ ਆ, ਬੜਾ ਮੁਸ਼ਕਿਲ ਹੈ ਜਿਹੜਾ ਬਰੀਕ ਰਿਹਾ। ਹਾਂਜੀ, ਤਾਂ ਇਹਦੀ ਸਾਈਡ ਨੂੰ ਜੇ ਅੱਛੀ ਤਰੀਕੇ ਪਾਣੀ ਦਾ ਜੇ ਤਾਰ ਕਰ ਲਿਆ, ਔਰ ਹੁਣ ਜੇ ਇਹਨਾਂ ਪਾਣੀ ਥੋੜ੍ਹਾ ਮਸਾਲਾ ਜਿਹੜਾ ਖੁਸ਼ਕ ਕਰ ਲਈ, ਨਰਮ ਜਿਹਾ ਜ਼ਿਆਦਾ ਹੋ ਗਿਆ ਹੈ ਨਾ ਜਾ ਸਕਦਾ। ਕਿਉਂਕਿ ਗੈਪ ਜਿਹੜਾ ਬੱਚੇ ਦਾ ਸੀਨ ਦੀ ਵਜ੍ਹਾ ਤੋਂ ਸ਼ਟਰ ਜਿਹੜਾ ਕਮਜ਼ੋਰ ਹੋ ਰਿਹਾ ਦਿਹਾੜੀ ਦਿਹਾੜੀ। ਛੋਟਾ ਜਿਹਾ ਖੱਡਾ ਬਣਾ ਕੇ ਵੀ ਬੰਦ ਕਰ ਦਿੱਤੀ, ਸਹੀ ਨਾ ਜਾ ਸਕਦਾ।
ਕਮਰੇ ਵੀ ਬੰਦ ਹੋ ਗਏ, ਹੁਣ ਚੱਲੇ ਅੰਦਰ, ਚੱਲ ਕੇ ਜਾਣਾ ਗੇਟ ਨੂੰ ਲਾ ਦੇ। ਸਾਨੂੰ ਵੀ ਜਿਹੜਾ ਅੱਛੇ ਤਰੀਕੇ ਨਾਲ ਜਿਹੜਾ ਹੋ ਜਾਵੇਗਾ ਮਜ਼ਬੂਤ ਪਰੇਸ਼ਾਨੀ, ਕਿਉਂਕਿ ਪੱਕਿਆਂ ਤਾਂ ਕਰਦਾ ਪਿਆ ਮੈਂ ਨਾ ਵੀ ਕਿਸੇ ਟਾਈਮ ਜਿਹੜਾ ਹੇਠਾਂ ਨਾ ਆ ਜਾ। ਹੋਰ ਮੈਂ ਵੀ ਜਿਹੜਾ ਹੁਣ ਹੱਥ ਜਿਹੜਾ ਧੋ ਲਵਾਂ। ਹਾਂਜੀ, ਤੇ ਪਾਣੀ ਜਿਹੜਾ ਦੁਬਾਰਾ ਫਿਰ ਜਿਹੜਾ ਲਾ ਤੈਨੂੰ ਮੈਂ ਆਖ ਜਿਹੜਾ ਖੁਸ਼ਕ ਹੋ ਗਿਆ ਨਾ ਤੇਰੇ ਨੇ ਉਨੀ ਜ਼ਿਆਦਾ ਜਿਹੜਾ ਪਕੜ ਨਹੀਂ ਕਰਨੀ, ਸ਼ਾਮ ਤੀਕਰ ਜਿਹੜਾ ਨੂੰ ਐਵੇਂ ਹੀ ਗਿੱਲਾ ਰੱਖਾਂਗੇ ਨਾ ਤੇ ਬਹੁਤ ਹੀ ਅੱਛੀ ਤਰੀਕੇ ਨਾਲ ਜਿਹੜਾ ਪਕੜ ਕਰੇਗਾ। ਇਧਰਲੀ ਸਾਈਡ ਤੇ ਵੀ ਜਿਹੜਾ ਪਾਣੀ ਲਾ ਤਾ ਔਰ ਦਰਵਾਜ਼ੇ ਨੂੰ ਵੀ ਜਿਹੜਾ ਲਾ ਤਾ। ਔਰ ਜੀ ਅੱਜ ਦੇ ਵਾਲਾ ਵਿਲਾਗ ਵੀ ਛੋਟਾ ਜਿਹਾ ਕਰ ਰਿਹਾ ਇੱਥੇ ਖਤਮ। ਇਨਸ਼ਾਅੱਲਾ ਮਿਲਣੇ ਆ ਕਿਸੇ ਨੈਕਸਟ ਅੱਛੇ ਤੋਂ ਅੱਛੇ ਵਿਲਾਗ ਦੇ ਵਿੱਚ। ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਨਾਲ ਦਿਓ ਇਜਾਜ਼ਤ। ਅੱਲਾ ਹਾਫਿਜ਼।